ਇਹ ਜਿਹੜਾ ਤਖਲਸਾ ਅਰਸੀਲਾ, ਇਹ ਕਿੱਥੋਂ ਮਿਲਿਆ? ਕਿਸੇ ਉਸਤਾਦ ਜੀ ਨੇ ਦਿੱਤਾ ਜਾਂ ਆਪਣੇ ਆਪ ਰੱਖ ਲਿਆ ਸੀ? ਨਹੀਂ, ਮੈਂ ਪਹਿਲਾਂ ਸਟੇਜਾਂ 'ਤੇ ਅਤੇ ਰਿਸ਼ਪਾਲ ਸਿੰਘ ਬੋਲਦਾ ਰਿਹਾ ਜ਼ਿਆਦਾ, ਆਪਣਾ ਨਾਂ ਸਾਰਿਆਂ ਨੂੰ ਇਹੀ ਦੱਸਦਾ ਸੀ। ਠੀਕ ਹੈ। ਫਿਰ ਆਪਣੇ ਇੱਕ ਮਸ਼ਹੂਰ ਢਾਡੀ ਹੈ ਸਾਡੇ, ਗੁਰਚਰਨ ਸਿੰਘ ਜੀ ਚੰਨ ਮਧੂਸ਼ਾਂਗੀਆਂ, ਉਹਨਾਂ ਨੇ ਸਾਡੇ ਦੋਵਾਂ ਦੇ ਨਾਂ ਰੱਖਤੇ। ਮੇਰਾ ਨਾਂ ਰੱਖਿਆ ਰਿਸ਼ਪਾਲ ਰਸੀਲਾ ਜੀ, ਅਤੇ ਮੁਨੀ ਦਾ ਕਵਲ ਜੀ ਨਾਮ ਹੈ, ਇਹਦਾ ਨਾਮ ਮੁਨੀ ਰਸੀਲਾ ਰੱਖਤਾ ਉਹਨਾਂ ਨੇ। ਠੀਕ ਹੈ। ਉਹਨਾਂ ਦਰਅਸਲ ਅਸੀਂ ਜਦੋਂ ਉਹਨਾਂ ਨੂੰ ਮਿਲੇ ਹਾਂ ਨਾ ਦਿਲਬਾਗ ਜੀ, ਉਹ ਮਤਲਬ ਗਾਣੇ ਵੀ ਲਿਖਦੇ ਸੀਗੇ, ਉਹਨਾਂ ਦੇ ਗੀਤ ਵੀ ਰਿਕਾਰਡ ਕਰਾਏ ਆ, ਬਹੁਤ ਵਧੀਆ ਲਿਖਦੇ। ਤੇ ਜਦੋਂ ਸਾਡੀ ਨਵੀਂ ਨਵੀਂ ਮੈਰਿਜ ਹੋਈ ਉਹਨਾਂ ਨੂੰ ਅਸੀਂ ਮਿਲੇ ਸੀਗੇ। ਠੀਕ ਹੈ। ਉਹ ਮੇਰੀ ਏਜ ਤਾਂ ਛੋਟੀ ਸੀਗੀ, ਉਹਦੇ ਬੜੇ ਪਿਆਰੇ ਆ, ਬੜੀ ਮਨਮੋਹਣੀ ਜੀ ਆ, ਸਾਰਿਆਂ ਨਾਲ ਗੱਲਾਂ ਕਰਕੇ ਮਨ ਮੋਹ ਲੈਂਦੀ ਹੈ। ਫਿਰ ਉਹਨੇ ਨਾ ਹੀ ਮੇਰਾ ਇਸ ਤਰ੍ਹਾਂ ਨਾ ਮੋਹਣੀ ਮਨਮੋਹਣ ਮੋਹਣੀ ਰੱਖ ਦਿੱਤਾ, ਉਸ ਤੋਂ ਫਿਰ ਸ਼ਾਰਟਕੱਟ ਮੋਹਣੀ ਰਸੀਲਾ ਚੱਲਣ ਲੱਗ ਗਿਆ। ਠੀਕ ਹੈ ਜੀ। ਤੇ ਬਸ ਚੱਲਦਾ ਰਹਾ ਰਿਹਾ। ਰਿਕਾਰਡਿੰਗ ਜਿਹੜੀ ਫਿਰ ਵਿਆਹ ਤੋਂ ਬਾਅਦ ਹੀ ਹੋਈ ਸ਼ੁਰੂ? ਵਿਆਹ ਤੋਂ ਬਾਅਦ ਗਾਉਣਾ ਸ਼ੁਰੂ ਕੀਤਾ। ਫਿਰ ਉਹ ਪਹਿਲਾ ਜਿਹੜਾ ਗੀਤ ਸੀ ਜਾਂ ਪਹਿਲਾ ਰਿਕਾਰਡ ਜਿਹੜਾ ਤੁਹਾਡਾ ਆਇਆ, ਹਾਂਜੀ ਹਾਂਜੀ, ਤੁਸੀਂ ਤਵਿਆਂ ਦੇ ਯੁੱਗ ਤੋਂ ਸ਼ੁਰੂ ਕੀਤਾ। ਜੀ ਜੀ। ਉਹ ਫਿਰ ਕਿੰਨੀ ਕੁ ਜਦੋਜਹਿਦ ਦੇ ਤਹਿਤ ਜਿਹੜਾ ਰਿਕਾਰਡ ਹੋਇਆ ਸੀਗਾ? ਦੇਖੋ, ਕੋਈ ਜ਼ਿਆਦਾ ਜਦੋਜਹਿਦ ਕਰਨ ਦੀ ਲੋੜ ਨਹੀਂ ਪਈ। ਸਭ ਤੋਂ ਪਹਿਲਾਂ ਆਪਣੇ HME 'ਚ ਰਿਕਾਰਡਿੰਗ ਹੋਈ ਸਾਡੀ, EP ਰਿਕਾਰਡ ਆਇਆ ਸੀ ਚੂੜੇ ਵਾਲੀ ਬਾਂਹ ਨੂੰ ਤੋਂ ਆਇਆ ਸ਼ੇਰ ਦਾ। ਠੀਕ ਹੈ ਜੀ। ਉਸ ਤੋਂ ਬਾਅਦ ਫਿਰ ਮੈਂ ਸੋਨੋਟੋਨ ਕੰਪਨੀ ਵਿੱਚ ਐਡੀਸ਼ਨ ਦੇਣ ਵਾਸਤੇ ਗਿਆ। ਉਹਨੂੰ ਜ਼ਿਆਦਾ ਐਡੀਸ਼ਨ ਲੈਂਦੇ ਹੋ ਦੇਖੇਗਾ, ਅੱਜ ਕੱਲ੍ਹ ਤਾਂ ਕੋਈ ਐਡੀਸ਼ਨ ਦੀ ਲੋੜ ਹੀ ਨਹੀਂ ਹੈਗੀ, ਜਿਹੜਾ ਮਰਜ਼ੀ ਗਾ ਰਿਕਾਰਡਿੰਗ ਕਰ ਲਏ। ਬਿਲਕੁਲ ਜੀ। ਅਤੇ ਉੱਥੇ ਚਰਨਜੀਤ ਦੂਜਾ ਸਾਹਿਬ ਜੋ ਕਿ ਮਿਊਜ਼ਿਕ ਡਾਇਰੈਕਟਰ ਜਿਹੜੇ ਕਿ ਇਹ ਮੀਲ ਪੱਥਰ ਨੇ ਇੱਕ, ਬਿਲਕੁਲ ਜੀ, ਉਹਨਾਂ ਦੇ ਕੋਲ ਆਪਾਂ ਗਏ। ਉਹਨਾਂ ਨੇ ਉਦਣ ਗੁਰਦਾਸ ਮਾਨ ਜੀ ਦੀ ਰਿਕਾਰਡਿੰਗ ਸੀ। ਅੱਛਾ ਜੀ। ਅਤੇ ਮਿਊਜ਼ੀਸ਼ੀਅਨ ਸਾਰੇ ਉੱਥੇ ਆਏ ਸੀ। ਉਹਨਾਂ ਨੇ ਕਿਹਾ ਵੀ ਸੁਣਦੇ ਹਾਂ ਤੁਹਾਨੂੰ। ਅੱਛਾ ਜੀ। ਉਹਨਾਂ ਸੁਣਿਆ ਤੇ ਸੁਣਦੇ ਸਾਰ ਹੀ ਸਾਨੂੰ ਕਹਿੰਦੇ ਰਿਕਾਰਡਿੰਗ ਕਰੀਏ ਤੁਹਾਡੀ। ਮਾਨ ਸਾਹਿਬ ਦੀ ਰਿਕਾਰਡਿੰਗ ਫਿਰ ਕੈਂਸਲ ਕੀਤੀ? ਉਹ ਮਾਨ ਸਾਹਿਬ ਕਿਸੇ ਰਜੇਵੇਂ ਕਰਕੇ ਉਹ ਆਏ ਨਹੀਂ। ਆਏ ਨਹੀਂ ਸੀ। ਆਏ ਨਹੀਂ ਸੀ। ਉਹ ਆਏ ਨਹੀਂ। ਅੱਛਾ ਜੀ। ਉਹਨਾਂ ਕਹਿੰਦੇ ਤੁਹਾਡੀ ਰਿਕਾਰਡਿੰਗ ਕਰਦੇ ਆ, ਫਿਰ ਸਾਡੀ ਰਿਕਾਰਡਿੰਗ ਕਰ ਲਈ। ਉਹ ਸਵਾਭ ਬਣਿਆ ਵੀ ਉਹਨਾਂ ਨੂੰ ਤੁਸੀਂ ਚਲੇ ਗਏ ਉੱਥੇ। ਹਾਂ, ਅਸੀਂ ਐਡੀਸ਼ਨ ਦੇਣ ਵਾਸਤੇ ਚਲੇ ਗਏ ਨਾ। ਅੱਛਾ ਜੀ, ਐਡੀਸ਼ਨ ਦੇਣ ਵਾਸਤੇ। ਤੇ ਉਹਨਾਂ ਤੁਹਾਨੂੰ ਸਿੱਧਾ ਰਿਕਾਰਡਿੰਗ? ਉਹਨਾਂ ਸੁਣਦਿਆਂ ਸਾਰੇ ਕਹਿੰਦੇ ਰਿਕਾਰਡਿੰਗ ਸ਼ੁਰੂ ਕਰੀਏ। ਤੇ ਉਹ ਕਿਹੜੀ ਕੈਸਟ ਸੀ? ਉਹ ਕੈਸਟ ਸੀ ਸਾਡੇ ਇਹੀ ਰਾਣਾ ਤੇਰੀ ਨਾਰ ਬਣ ਕੇ। ਵਾਹ ਜੀ ਵਾਹ। ਜੇ ਚ ਗੀਤ ਸੀ ਹਾੜਾ ਰੱਬ ਖੈਰ ਕਰੇ ਚੱਲੀਏ ਬਸ਼ੀਰਾਂ ਨੂੰ ਖਲਾਬ ਹੋਈ ਜੀ, ਉਹ ਅੱਜ 6 ਗੀਤ ਰਿਕਾਰਡ ਹੋਏ ਸਾਡੇ ਜੀ। ਲੋਕ ਉਹਨੂੰ ਮਣਾ ਮੋਈ ਪਿਆਰ ਦਿੰਦੇ ਨਾ, ਤੁਹਾਨੂੰ ਪਿਆਰ ਦਿੰਦੇ। ਮੈਂ ਬਸ਼ੀਰਾਂ ਮੁਕਲਾਏ ਹੋਇਆ ਗੀਤ ਜਿਹੜਾ ਨਾ, 10-10 ਵਾਰ ਸਟੇਜਾਂ ਤੇ ਗਾਇਆ ਹਾੜਾ ਰੱਬ ਖੈਰ ਕਰੇ ਚੱਲੀਏ ਬਸ਼ੀਰਾਂ ਮੁਕਲਾਏ। ਇਹ ਸਾਡੇ ਲਈ ਇੱਕ ਬੜੀ ਖੁਸ਼ਕਿਸਮਤ ਸੀਗੀ ਕਿ ਅਸੀਂ ਦੇਣ ਮਤਲਬ ਕਿ ਆਡੀਸ਼ਨ ਹੀ ਦੇਣ ਗਏ ਸੀਗੇ, ਤੇ ਉਹ ਜਿਵੇਂ ਕਰਮਾਂ ਦੀ ਗੱਲ ਹੈ ਜੀ, ਪਰਮਾਤਮਾ ਨੇ ਸਬੱਬ ਬਣਿਆ। ਉਹ ਕੈਸਟ ਸਾਡੀ ਬਹੁਤ ਸੁਪਰ ਡੁਪਰ ਵਿਕੀ। ਉਸ ਤੋਂ ਬਾਅਦ ਫਿਰ ਮੈਂ ਦੂਸਰੀ ਕੈਸਟ ਮੇਰੀ ਆਈ ਛੱਡ ਗੱਲ ਮੰਗਣੀ ਦੀ, ਛੱਡ ਗੱਲ ਮੰਗਣੀ ਰਿਕਾਰਡਿੰਗ ਕਰਾਉਣ ਵਾਸਤੇ। ਜਦੋਂ ਮੈਂ ਰਿਕਾਰਡਿੰਗ ਕਰਾਉਣ ਵਾਸਤੇ ਪਹਿਲਾਂ ਮੈਂ TMC ਵਾਲਿਆਂ ਨੂੰ ਗਿਆ, ਉਹਨਾਂ ਦੇ ਤੁਹਾਡੀ ਰਿਕਾਰਡਿੰਗ ਨਹੀਂ ਕਰਨੀ ਯਾਰ ਜੀ। ਫਿਰ ਮੈਂ ਸੋਨੋਟੋਨ 'ਚ ਗਿਆ। ਅੱਛਾ ਜੀ। ਫਿਰ ਕਿਸਰ ਸਿੰਘ ਨੂਲਾ ਸਾਹਿਬ ਨੇ ਰਿਕਾਰਡਿੰਗ ਕੀਤੀ। ਹਾਂ, ਨੂਲਾ ਸਾਹਿਬ ਨੇ। ਅਤੇ ਉਹ ਕੈਸਟ ਜਿਹੜੀ ਆ ਉਹਨੇ ਵੀ ਮਤਲਬ ਰਿਕਾਰਡ ਹੀ ਕੈਮ ਕਰ ਛੱਡਿਆ, ਉਹਦੇ ਵਿਕਣ ਵਾਲੀ ਮਤਲਬ ਇੰਨੀ। ਉਹਦੇ ਕੈਸਟ ਤੋਂ ਮੈਨੂੰ ਯਾਦ ਆ ਗਿਆ ਜੀ, ਉਹਦੇ ਗੀਤ ਸਾਰੇ ਬਹੁਤ ਖੂਬਸੂਰਤ ਸੀ। ਸਾਰੇ ਖੂਬਸੂਰਤ। ਅੱਖੀਆਂ ਨੂੰ ਰੱਜ ਲੈਣ ਦੇ, ਛੱਡ ਗੱਲ ਮੰਗਣੀ ਦੀ, ਲੈ ਜਾ ਸਾਨੂੰ ਨਾਲ ਫੌਜੀ। ਹਾਂ। ਉਹਦੇ 'ਚ ਤੁਹਾਡਾ ਦਾਜ ਵੀ ਨਾ ਭੈਣ ਛੱਡਤੀ, ਭੁੱਖੋ ਦਾਜ ਨਾ ਮੰਗਾ। ਅਤੇ ਫਿਰ ਪ੍ਰੋਗਰਾਮਾਂ ਦੇ ਵਿੱਚ ਵਾਧਾ ਹੋਇਆ ਜੀ। ਪ੍ਰੋਗਰਾਮ ਤੇ ਫਿਰ ਗਿਣਤੀ ਨਹੀਂ ਕਿੰਨੇ ਕਿੰਨੇ, ਇੱਕ ਮਹੀਨੇ 40-40 ਪ੍ਰੋਗਰਾਮ ਲਾਉਂਦੇ ਰਹੇ ਉਦੋਂ ਬਾਅਦ। ਬਹੁਤ ਪ੍ਰੋਗਰਾਮ। ਮੇਰੀ ਇੱਕ ਮਾੜੀ ਕਿਸਮਤ ਹੈ ਵੀ ਚਰਨਜੀਤ ਦੂਜਾ ਸਾਹਿਬ ਦੀ 21 ਕੈਸਟ ਮੇਰੀ ਰਿਕਾਰਡ ਕੀਤੀ ਆ, ਉਹ ਵੀ ਅੱਧੀ 6 ਗੀਤ ਰਿਕਾਰਡ ਕੀਤੇ। ਮੇਰੀ ਕਿਸਮ ਮਾੜੀ ਹੈ ਵੀ ਕਿਤੇ 2-4 ਕੈਸਟਾਂ ਕਿਤੇ ਹੋਰ ਰਿਕਾਰਡ ਕੀਤੀਆਂ ਹੁੰਦੀਆਂ ਨਾ। ਫਿਰ ਤੁਸੀਂ ਰਾਬਤਾ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਉਹਨਾਂ ਨਾਲ? ਫਿਰ ਉਸ ਫਿਰ ਐਕਚੁਅਲੀ ਇਹ ਸੁਣਾਉਣ ਵਾਲੇ ਜਿਹੜੇ ਉਹਨਾਂ ਨੇ ਰਿਕਾਰਡਿੰਗ ਸਾਡੀ ਜਿਵੇਂ ਕਰ ਲੈਂਦੇ ਵੀ ਤੁਸੀਂ ਸਾਡੇ ਕੋਲ ਹੀ ਆਉਣਾ ਆ, ਉਹ ਚੀਜ਼ ਫਿਰ ਉਹਨਾਂ ਕੋਲ ਉਹ ਨਹੀਂ ਸੀ ਜਾਂਦੇ ਚਰਨਜੀਤ ਹੁੱਜਾ ਸਾਹਿਬ। ਅੱਛਾ। ਉਹ ਤੇ ਰਿਕਾਰਡਿੰਗ ਫਿਰ ਹਰ ਮਹੀਨੇ ਰਿਕਾਰਡਿੰਗ ਹੁੰਦੀ ਰਹੀ ਹੈ, ਹਰ ਮਹੀਨੇ ਕੈਸਟ ਰਿਲੀਜ਼ ਹੋਈ, ਹਰ ਮਹੀਨੇ ਰਿਕਾਰਡਿੰਗ, ਹਰ ਮਹੀਨੇ ਕੈਸਟ ਰਿਲੀਜ਼। ਉਹਨੇ ਨੂੰ ਫਿਰ ਹੁੱਜਾ ਸਾਹਿਬ ਉਹ ਕੰਪਨੀ ਛੱਡ ਚੁੱਕੇ ਸੀ। ਉਹ ਹਾਂ, ਉਹ ਕੰਪਨੀ ਛੱਡ ਚੁੱਕੇ ਫਿਰ। ਠੀਕ ਹੈ ਜੀ। ਮੇਰਾ ਖਿਆਲ ਆ ਵੀ ਜਿਹੜੀਆਂ ਵਿਆਹ ਬੰਧਨ 'ਚ ਵੱਜੀਆਂ ਜੋੜੀਆਂ, ਡਿਊਟ ਜੋੜੀਆਂ ਸਾਡੀਆਂ, ਗਾਇਕ ਜੋੜੀਆਂ, ਉਹ ਮੇਰਾ ਖਿਆਲ ਆ ਵੀ ਪੱਕੇ ਪੈਰੀ ਸਥਾਪਿਤ ਹੋਈਆਂ ਮਾਰਕੀਟ ਦੇ ਵਿੱਚ। ਉਹਨਾਂ ਨੂੰ
ਕੋਈ ਉਹ ਦਿੱਕਤ ਨਹੀਂ ਆਉਂਦੀ, ਉਹ ਪ੍ਰੋਬਲਮ ਨਹੀਂ ਆਉਂਦੀ ਜਿਹੜੀ ਕਿ ਇੱਕ ਵਿਆਹ ਤੋਂ ਬਿਨਾਂ ਸਿੰਗਰ ਨੂੰ ਆਉਂਦੀ, ਮੇਲ ਨੂੰ ਵੀ ਆਉਂਦੀ, ਫੀਮੇਲ ਨੂੰ ਵੀ ਆਉਂਦੀ। ਫੀਮੇਲ ਨੂੰ ਚਲੋ ਸ਼ਾਇਦ ਘੱਟ ਆਉਂਦੀ ਹੋਵੇ, ਜਿਹੜਾ ਮੇਲ ਸਿੰਗਰ ਹੁੰਦਾ ਉਹਨੂੰ ਬਹੁਤ ਪ੍ਰੋਬਲਮ ਹੁੰਦੀ, ਗਾਣਾ ਗਾਉਣ ਵਾਲੀ ਲੜਕੀ ਦੀ ਸਖਤ ਜ਼ਰੂਰਤ ਹੁੰਦੀ ਹੈ, ਗੀਤ ਦੇਣੇ, ਉਹਦੀ ਪ੍ਰੈਕਟਿਸ ਕਰਾਉਣੀ ਕਿੰਨੀ ਮੁਸ਼ਕਲ ਹੈ, ਬਹੁਤ ਮੁਸ਼ਕਲ ਹੈ। ਜਿਹੜੇ ਸਟਾਫ ਨੇ, ਤੁਸੀਂ, ਤੁਹਾਡਾ ਕੀ ਖਿਆਲ ਆ ਵੀ ਜਿਹੜੇ ਵਿਆਹ ਬੰਧਨ 'ਚ ਬੱਧੀਆਂ ਜੋੜੀਆਂ ਉਹ ਪ੍ਰਪੱਕ ਨੇ, ਇਹਦੇ ਬਾਰੇ ਤੁਹਾਡੇ ਕੀ ਵਿਚਾਰ ਨੇ? ਇਹਦੇ ਵਿੱਚ ਦਿਲਬਾਗ ਜੀ ਵੇਖੋ, ਇਹਦੇ ਵਿੱਚ ਤੁਹਾਨੂੰ ਵੀ ਪਤਾ ਹੀ ਹੈ ਕਿ ਜਿਹੜੀਆਂ ਪੱਕੀਆਂ ਜੋੜੀਆਂ ਨੇ, ਹਾਂਜੀ, ਉਹਨਾਂ ਨੂੰ ਇਹ ਤਾਂ ਕੋਈ ਟੈਨਸ਼ਨ ਨਹੀਂ ਕਿ ਮੈਂ ਕੁੜੀ ਨੂੰ ਬਾਹਰੋਂ ਵੇਖ ਕੇ ਲੈ ਕੇ ਆਉਣਾ ਆ। ਪਤਾ ਨਹੀਂ ਉਹ ਕਈ ਵਾਰੀ ਜਦੋਂ ਪ੍ਰੋਗਰਾਮ ਬੜੇ ਹੁੰਦੇ ਸੀ, ਮੈਂ ਆਪ ਵੇਖੇ ਜਿਹੜੇ ਇਕੱਲੇ ਮੁੰਡੇ ਗਾਉਂਦੇ, ਵਿਚਾਰਿਆਂ ਨੂੰ ਭੜਥੂ ਪਿਆ ਹੁੰਦਾ ਸੀ, ਕੁੜੀਆਂ ਨੇ ਮੌਕੇ 'ਤੇ ਜਵਾਬ ਦੇ ਦੇਣਾ, ਕਿਸੇ ਨੇ 200-400 ਵੱਧ ਦੇਣਾ, ਕੁੜੀ ਨੇ ਉਹਦੇ ਨਾਲ ਚੱਲ ਜਾਣਾ। ਮਤਲਬ ਇਹ ਪ੍ਰੋਬਲਮ ਨਹੀਂ ਜਿਹੜੀਆਂ ਸਥਾਪਿਤ ਆਪਾਂ ਹਸਬੈਂਡ ਵਾਈਫ ਆ, ਪ੍ਰੈਕਟਿਸ ਗਾਣੇ ਦੀ ਕਰਨੀ, ਸਟੇਜ 'ਤੇ ਜਾਣਾ ਖੁੱਲ੍ਹ ਕੇ ਗਾਉਣਾ, ਕਈ ਵਾਰੀ ਦੂਜੀ ਕੁੜੀ ਨਾਲ ਭਾਵੇਂ ਉਹ ਜ਼ਿਆਦਾ ਨੱਚ ਟੱਪ ਕੇ ਗਾਉਂਦੀ ਹੋਵੇ, ਪਤਾ ਉਹਨੇ ਕਦੋਂ ਵਿਗੜ ਜਾਣਾ ਆ, ਇਹ ਮੈਨੂੰ ਮੇਰੇ ਨਾਲ ਆਹ ਐਕਸ਼ਨ ਕੀਤਾ ਆਹ ਕੀਤਾ, ਪਰ ਇਹ ਸਾਨੂੰ ਇਹ ਕੋਈ ਪ੍ਰੋਬਲਮ ਨਹੀਂ ਹੁੰਦੀ ਪੱਕੀਆਂ ਜੋੜੀਆਂ ਨੂੰ। ਪ੍ਰੈਕਟਿਸ ਕਰਨੀ, ਇਹ ਚੀਜ਼ਾਂ ਬੜਾ ਔਖਾ ਕੰਮ ਹੈ ਸਾਨੂੰ। ਮੈਨੂੰ ਇਹ ਕਿ ਮੈਨੂੰ ਇਹਨਾਂ ਦੇ ਵੀ ਲਫ਼ਜ਼ ਯਾਦ ਹੁੰਦੇ ਨੇ, ਇਹਨਾਂ ਨੂੰ ਮੇਰੇ ਗੀਤਾਂ ਦੇ ਹੁੰਦੇ ਨੇ, ਕਈ ਵਾਰੀ ਸਟੇਜ ਤੇ ਭੁੱਲ ਵੀ ਜਾਵੇ ਤੇ ਇੱਕ ਦੂਜੇ ਨੂੰ ਦੱਸ ਦੇਈਏ, ਪਤਾ ਵੀ ਨਹੀਂ ਲੱਗਦਾ ਦਰਸ਼ਕਾਂ ਨੂੰ। ਠੀਕ ਹੈ, ਇਹ ਚੀਜ਼ ਦਾ ਬੜਾ ਵਾਧਾ ਆ। ਹਾਂਜੀ, ਫਿਰ ਮੈਂ ਬਹੁਤ ਕੰਪਨੀ ਚ ਗਿਆ, ਮੈਂ ਟੀਸੀ ਚ ਗਾਇਆ ਵਾ, ਫਿਰ ਮੈਂ ਫਾਈਨ ਟੱਚ ਗਾਇਆ, ਸੋਨੋਟੋਨ ਆਪਣੇ ਸੁਣਨ ਤੋਂ ਇਲਾਵਾ ਆਡੀਓ ਟੱਚ ਚ ਗਾਇਆ ਆ, ਸੀ ਐਮ ਸੀ ਚ ਗਾਏ ਨੇ, ਫਾਈਲ ਚ ਗਏ ਆ, ਸਾਰੀ ਕੰਪਨੀ ਤੋਂ ਲਏ ਪੈਸੇ, ਉਦੋਂ ਲਿਖਦੇ ਸੀ। ਇੱਥੋਂ ਜਾਣ ਦਾ ਖਰਚਾ, ਰਹਿਣ ਦਾ, ਵਧੀਆ ਹੋਟਲ ਚ ਠਹਿਰਾਉਣਾ, ਪੇਮੈਂਟ ਕਰਨੀ ਪੂਰੀ, ਠੀਕ ਹੈ, ਮਤਲਬ ਐਵੇਂ ਕੋਈ ਇਹੋ ਜਿਹੀ ਕੋਈ ਗਿਲਾ ਸ਼ਿਕਵਾ ਨਹੀਂ। ਮਤਲਬ ਸਾਨੂੰ ਰਿਐਲਟੀ ਵੀ ਸਾਨੂੰ ਲੰਬਸਮ ਪੈਸੇ ਦੇ ਦਿੰਦੇ ਸੀ, ਜਿਹਨਾਂ ਪੁੱਕੇ ਪੁੱਕੇ ਮਿਲ ਜਾਣੇ ਸਾਨੂੰ, ਤੇ ਕੈਸੇ ਲੈ ਕੇ ਕਰ ਜੋ ਲੁਧਿਆਣੇ ਵਾਲੇ ਸੀਐਮਸੀ ਵਾਲੇ, ਕੀ ਉਹਨਾਂ ਦਾ ਨਾਮ ਹੈ ਭਾਜੀ ਦਾ? ਜਰਨੈਲ ਕੁਮਾਰ ਸਾਹਿਬ। ਹਾਂਜੀ, ਮੈਨੂੰ ਅਜੇ ਵੀ ਯਾਦ ਆ, ਚੈੱਕ ਰੱਖ ਦਿੱਤਾ ਤੇ ਭਰ ਲਓ ਜਿੰਨਾ ਭਰਨਾ ਹੈ। ਉਦੋਂ ਸਾਡਾ ਗੀਤ ਰਿਕਾਰਡਿੰਗ ਹੋਈ ਸੀ, ਕੈਸੇ ਦਾ ਹੀ ਮੁੰਡੇ ਮਾਰਦੇ ਸੀਟਿੰਗਾਂ। ਮੈਂ ਤੁਹਾਡੀ ਗੱਲ ਸੁਣ ਕੇ ਮੈਨੂੰ ਮੇਰੇ ਦਿਮਾਗ 'ਚ ਆ ਵੀ ਇਹ ਤੋਂ ਵੱਡੀ ਪ੍ਰਾਪਤੀ ਨਹੀਂ ਕੋਈ ਹੋ ਸਕਦੀ। ਬਹੁਤ ਵੱਡੀ ਗੱਲ, ਪ੍ਰੋਡਿਊਸਰ ਕਹਦੇ ਉਹ ਵੀ ਬਹੁਤ ਵੱਡਾ ਪ੍ਰੋਡਿਊਸਰ ਸਾਹਿਬ ਨੇ, ਸਹੀ ਗੱਲ ਜੀ, ਪੰਜਾਬ ਦੇ ਚੈੱਕ ਬੁੱਕ ਅੱਗੇ ਰੱਖ ਕੇ ਤੇ ਮੁੰਡੇ ਜਿੰਨੇ ਮਰਜ਼ੀ ਭਰ ਲਓ, ਪੈਸੇ ਭਰ ਲਓ। ਵਾਹ ਜੀ ਵਾਹ। ਤੁਹਾਡੇ ਫੇਵਰਿਟ ਸਿੰਗਰ, ਪਸੰਦੀਦਾ ਜਿਹੜੀ ਗਾਇਕ ਜੋੜੀ ਆ ਉਹ ਕੌਣ ਨੇ? ਇਹ ਮੇਰਾ ਕੋਈ ਡਿਊਟਾਂ ਵੱਲ ਸ਼ੌਂਕ ਹੀ ਨਹੀਂ ਸੀਗਾ ਜੀ, ਪਰ ਜਦੋਂ ਅਸੀਂ ਸ਼ੁਰੂ ਕੀਤੇ ਆ ਡਿਊਟ ਤੇ ਇਹਨਾਂ ਨੂੰ ਇਹਨਾਂ ਨੇ ਸਿਖਾਏ ਮੈਨੂੰ ਵੀ ਆਹ ਗੀਤ ਬੋਲਣੇ, ਉਹ ਯਾਦ ਕਰ ਲਏ, ਜਿਵੇਂ ਮੁਹੰਮਦ ਸਦੀਕ, ਰਣਜੀਤ ਕੌਰ ਜੀ, ਜਿਵੇਂ ਪਿੰਡ 'ਚ ਉਦਾਂ ਸਪੀਕਰ ਲੱਗਦੇ ਸੀ ਵਿਆਹਾਂ 'ਤੇ, ਉਦੋਂ ਸੁਣੀਦੀ ਸੀ ਉਹ ਬਾਬਾ ਵੇ ਕਲਾਮ ਰੋਡ, ਜਗਮੋਹਨ ਕੌਰ ਦਾ, ਰਣਜੀਤ ਕੌਰ ਦੇ ਗੀਤ ਹੁੰਦੇ ਸੀ ਜਿਵੇਂ ਮੁਹੰਮਦ ਸਦੀਕ ਦੇ। ਮਤਲਬ ਮੈਨੂੰ ਬਹੁਤਾ ਇੰਟਰਸਟ ਨਹੀਂ ਸੀ ਡਿਊਟਾਂ 'ਚ, ਪਰ ਉਹਨਾਂ ਨੂੰ ਮੈਂ ਉਸ ਤੋਂ ਬਾਅਦ ਜਦੋਂ ਆਪਾਂ ਇਸ ਲਾਈਨ 'ਚ ਪਏ ਹਾਂ ਤਾਂ ਮੈਨੂੰ ਮੁਹੰਮਦ ਸਦੀਕ, ਰਣਜੀਤ ਕੌਰ ਜੀ, ਸੁਰਿੰਦਰ ਸ਼ਿੰਦਾ, ਗੁਲਸ਼ਨ ਕੋਮਲ ਜੀ, ਉਹਨਾਂ ਦੇ ਡਿਊਟਾਂ 'ਚੋਂ, ਅਤੇ ਉਹਨਾਂ ਦੇ ਬਹੁਤ ਗੀਤ ਸੁਣੇ, ਗਾਏ ਵੀ ਆ ਸਟੇਜ 'ਤੇ ਸ਼ੁਰੂ ਹੋਏ। ਮੇਰੇ ਫੇਵਰੇਟ ਸਾਰੇ ਨੇ ਉਹਨਾਂ ਦੇ, ਪਰ ਮੈਂ ਸੁਰਿੰਦਰ ਸ਼ਿੰਦਾ ਜੀ ਨੂੰ ਬੜਾ ਲਾਈਕ ਕਰਦਾ, ਬਹੁਤ ਲਾਈਕ ਕਰਦਾ, ਬਹੁਤ ਜ਼ਿਆਦਾ ਮਹਾਨ ਗਾਇਕ ਨੇ ਉਹ, ਕੋਈ ਮਤਲਬ ਜਵਾਬ ਨਹੀਂ। ਕਰਤਾਰ ਅਮਲਾ ਜੀ ਨੇ ਉਹਨਾਂ ਨੂੰ ਬਹੁਤ, ਦਦਾਰ ਸੰਧੂ ਜੀ ਉਹਨਾਂ ਦੇ ਗੀਤ ਗਾਣੇ ਬਹੁਤ ਮੈਂ ਪਸੰਦ ਕੀਤੇ ਆ ਬਹੁਤ, ਅਤੇ ਚਮਕੀਲਾ ਸਾਹਿਬ ਦੇ ਵੀ ਬਹੁਤ ਸੁਣਿਆ ਗੀਤ, ਬਹੁਤ ਮਤਲਬ ਮੈਂ ਇਹਨਾਂ ਸਾਰਿਆਂ ਕਲਾਕਾਰਾਂ ਨੂੰ ਹੁਣ ਵੀ ਆਪਣੀ ਗੱਡੀ 'ਚ ਉਹਨਾਂ ਦੀਆਂ ਜਿਹੜੀਆਂ ਸੀਡੀਆਂ ਲਾ ਕੇ ਨਾ ਮੈਂ ਸੁਣਦਾ ਰਹਿੰਦਾ ਲਗਭਗ। ਅਤੇ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਮੇਰਾ ਖਿਆਲ ਆ ਵੀ ਕਈ ਸੈਂਕੜੇ ਗੀਤ ਰਿਕਾਰਡ ਕਰਾਏ ਆ ਜੀ, ਅਤੇ ਇਹਨਾਂ ਦੀਆਂ ਜਿਹੜੀਆਂ ਤਰਜ਼ਾਂ ਉਹ ਕੌਣ ਬਣਾਉਂਦਾ ਜੀ? ਤਰਜ਼ਾਂ ਦਿਲਬਾਗ ਜੀ, ਗੱਲ ਇਹ ਮੈਂ ਪਹਿਲੀ ਗੱਲ ਤੁਹਾਨੂੰ ਮੈਂ ਦੱਸਾਂ ਵੀ ਆਪਾਂ ਸਿੱਖਿਆ ਦੇ ਕਿਤੇ ਨਹੀਂ ਹੈਗਾ, ਕੋਈ ਉਸਤਾਦ ਨਹੀਂ ਜੀ? ਨਹੀਂ, ਉਸਤਾਦ 'ਚ ਸਾਡੇ ਲਾਲਚਾ ਜਮਲਾ ਜੜ ਜੀ ਨੇ। ਅੱਛਾ, ਰਸਮੀ, ਉਹਨਾਂ ਕੋਲ ਰਸਮੀ ਤੌਰ 'ਤੇ ਉਹਨਾਂ ਨੂੰ ਪੱਗ ਦਿੱਤੀ ਆਪਾਂ ਜੀ, ਅਤੇ ਬਾਕੀ ਮੈਂ ਸਿੱਖਣ ਨਹੀਂ ਗਿਆ ਕਿਤੇ ਵੀ। ਅੱਛਾ ਜੀ,
ਕੁਛ ਨਹੀਂ, ਮੈਨੂੰ ਮਤਲਬ ਕੋਈ ਸਾਜ ਸੂਜ ਵੀ ਨਹੀਂ ਵਜਾਉਣੇ ਆਉਂਦੇ, ਲਗਭਗ ਆਪਾਂ ਵੈਸੇ ਹੀ ਹਾਂ, ਸਿੱਧੇ ਸਾਦੇ ਬਿਲਕੁਲ ਹੀ। ਅੱਛਾ ਜੀ, ਬਸ ਜਿੱਧਰ ਨੂੰ ਹੇਕ ਲਾ ਕੇ ਗਾਉਂਦੇ ਰਹੇ ਉੱਧਰ ਨੂੰ ਤਰਜਾਂ ਬਣ ਗਈਆਂ ਨੇ, ਆਪਾਂ ਗੀਤ ਵਹਿੰਦੇ ਰਹੇ ਹਾਂ, ਕਈ ਗੀਤ ਕਾਗਜ਼ ਤੋਂ ਵੇਖ ਕੇ ਗਾਤੇ ਆ ਵੀ ਅੱਜ ਸ਼ਾਇਰ ਲੈ ਕੇ ਜਿਹੜੇ ਆਉਂਦੇ ਸੀ ਕਈ ਵਾਰ, ਠੀਕ ਹੈ, ਸਾਡਾ ਗੀਤ ਰਿਕਾਰਡ ਕਰ ਦਿਓ ਜੀ, ਉਹਨੂੰ ਕਿੰਨੇ ਲਿਆ ਦੇ ਯਾਰ ਵੇਖਦੇ, ਠੀਕ ਹੈ। ਉਹਦੀ ਉਹਦੀ ਜਿਹੜੀ ਤਰਜ਼ਾ ਉਹਦੀ ਕੰਪੋਜੀਸ਼ਨ, ਤਰਜ਼ਾ ਜ਼ਿਆਦਾ ਜ਼ਿਆਦਾ ਤਾਂ ਮੁਣੀ ਬਣਾਉਂਦੀ, ਜਿੱਦਾਂ ਇਹ ਬਣਾਉਂਦੀ ਮੈਂ ਉੱਦਾਂ ਮਗਰ ਕਰ ਦਿੰਦਾ। ਫਿਰ ਗੀਤਕਾਰ ਵੀ ਬਣਾ ਕੇ ਲੈ ਕੇ ਆਉਂਦਾ ਹੋਊਗਾ? ਨਹੀਂ ਨਹੀਂ, ਕਈ ਵਾਰੀ ਗੀਤਕਾਰ ਜਿਹੜੇ ਉਹ ਬਹੁਤੇ ਜਿਹੜੇ ਆਪ ਗਾ ਲੈਂਦੇ ਨੇ ਉਹ ਥੋੜਾ ਕਰ ਲੈਂਦੇ ਆ, ਨਹੀਂ ਤਕਰੀਬਨ ਸੰਧੂ ਜਿਵੇਂ ਫਤਿਹਗੜ੍ਹੀ ਸੀ ਸਾਡਾ ਸ਼ਾਗਿਰਦ, ਉਹ ਸਿੰਗਰ ਵੀ ਸੀਗਾ ਤੇ ਉਹ ਬਣਾ ਕੇ ਲਿਆਂਦਾ ਸੀਗਾ, ਪਰ 19-21 ਜਿਵੇਂ ਆਪਾਂ ਬੈਠ ਕੇ ਕਰ ਲੈਣੀ, ਪਰ ਅੱਜ ਤੱਕ ਕੋਈ ਸਾਡਾ ਮਜੀਸ਼ੀਅਨ ਜਿੱਦਾਂ ਅਸੀਂ ਘਰ ਸੱਦਿਆ ਹੋਵੇ, ਕਿਉਂਕਿ ਆਪ ਤੇ ਵਜਾਉਣਾ ਨਹੀਂ ਆਉਂਦਾ ਕੁਛ ਇਹਨਾਂ ਨੂੰ, ਜਿੱਦਾਂ ਹਾਰਮੋਨੀਆ ਵਗੈਰਾ ਪਲੇ ਨਹੀਂ ਕਰਦੇ, ਫਿਰ ਕਿਸੇ ਨੂੰ ਕੋਈ ਮਜੀਸ਼ੀਅਨ ਨਹੀਂ ਆਇਆ ਕਿ ਅਸੀਂ ਪ੍ਰੈਕਟਿਸ ਕੀਤੀ ਹੋਵੇ ਗਾਉਣ ਲਈ, ਬਸ ਆਪੇ ਇਕੱਲੇ ਉਸੇ ਇੱਕ ਸੁਰ ਤੇ ਰੱਖ ਕੇ ਆਈਡੀਏ ਨਾਲ। ਪਰ ਮੈਨੂੰ ਸਮਝ ਨਹੀਂ ਲੱਗਦੀ ਵੀ ਮੈਂ ਸਿੰਗਰ ਬਣ ਕਿੱਦਾਂ ਗਈ ਹਾਂ, ਕਿਵੇਂ ਸਾਡਾ ਰੱਬ ਨੇ ਨਾਂ ਚਲਾ ਦਿੱਤਾ। ਸਾਡੀ ਜਦੋਂ ਪਹਿਲੀ ਰਿਕਾਰਡ ਹੋਈ ਨਾ, ਸਭ ਤੋਂ ਪਹਿਲਾਂ ਬਾਲਕ੍ਰਿਸ਼ਨ ਹਰਮੋਨੀਆ ਫੜਿਆ ਸਾਡੇ ਕੋਲ ਸੁਣ ਲੱਗੇ ਤੇ ਮੈਂ ਇੱਕ ਗੀਤ ਬੋਲ ਕੇ ਨਾਲ ਗੁਣਗੁਣਾਇਆ, ਮੈਂ ਜਿੱਦਾਂ ਪੀਸ ਨੀ ਮੂੰਹ ਨਾ ਵਜਾਈਦਾ, ਉਹ ਮੈਨੂੰ ਕਹਿੰਦੇ ਬਾਲਕ੍ਰਿਸ਼ਨ ਜੀ ਮੈਨੂੰ ਕਹਿੰਦੇ ਕਹਿੰਦੇ ਕਾਕਾ ਇਹ ਕੰਮ ਬੇਟਾ ਮੇਰਾ ਵਾ, ਤੂੰ ਨਾ ਕਰ ਕਹਿੰਦਾ, ਇਹ ਮੇਰਾ ਕੰਮ ਹੈ, ਤੂੰ ਮੈਨੂੰ ਤੂੰ ਨਾ ਦੱਸ, ਇਹ ਮੈਂ ਕਰਾਂਗਾ ਜੋ ਕਰਨਾ, ਤੂੰ ਗਾਈ ਜਾ ਬਸ। ਵਾਹ ਜੀ ਵਾਹ।